ਅਡਾਨੀ ਅਬਾਨੀ ਗੋਬੈਕ ਅਡਾਨੀ ਅਬਾਨੀ ਗੋਬੈਕ ਗੋਬੈਕ ਅਡਾਨੀ ਅਬਾਨੀ ਮਰਦਾਬਾਦ ਸਾਡ ਜੁੜੀਆਣਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਬਸ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਸਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ 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 ਅਡਾਨੀ ਅਬਾਨੀ ਗੋ ਬੈਕ ਗੋ ਬੈਕ ਗੋ ਬੈਕ ਮਰਦਾਬਾਦ ਮਰਦਾਬਾਦ ਸਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਅੱਜ ਅਸੀਂ ਜੋ ਨਰਿੰਦਰ ਮੋਦੀ ਨੇ 3 ਕਾਲੇ ਕਾਨੂੰਨ ਜਿਹੜੇ ਉਹ ਜਾਰੀ ਕੀਤੇ ਆ ਉਹ ਕਿਸਾਨ ਮਾਰੂਗਾ ਖੇਤੀ ਮਾਰੂਗਾ ਇਹਦੇ ਨਾਲ ਕਿਸਾਨ ਵੀ ਤਬਾਹ ਹੋ ਜਾਊਗਾ ਤੇ ਮੰਡੀ ਬੋਰਡ ਟੁੱਟ ਜਾਊਗਾ ਮਜ਼ਦੂਰ ਮਾਰਿਆ ਜਾਊ ਦੁਕਾਨਦਾਰ ਮਾਰਿਆ ਜਾਊ ਟਰਾਂਸਪੋਰਟ ਟਰੱਕਾਂ ਵਾਲੇ ਸਾਰੇ ਜਿਹੜੇ ਉਹ ਤਬਾਹ ਹੋ ਜਾਣਗੇ ਕਿਉਂਕਿ ਇਹ ਹੋਂਦ ਦੀ ਗੱਲ ਆ ਪੰਜਾਬ ਦੇ ਹੋਂਦ ਦੀ ਗੱਲ ਹੈ ਜੇ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਨਾ ਰਹੀਆਂ ਜਿਹਦੇ ਸਾਨੂੰ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਉਹ ਜ਼ਮੀਨਾਂ ਅੱਜ ਅਡਾਨੀ ਅਬਾਨੀ ਜਿਹੜੇ ਕਾਰਪੋਰੇਟ ਘਰਾਣੇ ਤਕੜੇ ਜਿਹੜੇ ਲੋਕ ਹੈ ਉਹ ਸਾਡੀ ਉਹਨਾਂ ਨੇ ਪੰਜਾਬ ਅਤੇ ਸਾਡੀਆਂ ਜ਼ਮੀਨਾਂ 'ਤੇ ਅੱਖ ਰੱਖੀ ਹੈ ਪਹਿਲਾਂ ਉਹਨਾਂ ਨੇ ਸਾਡਾ ਸਮਾਜ ਦਾ ਤਾਣਾ ਬਾਣਾ ਤਬਾਹ ਕਰ ਦਿੱਤਾ ਫਿਰ ਉਹਨਾਂ ਨੇ ਸਾਡਾ ਧਰਮ ਸੀ ਉਹਨੂੰ ਤਬਾਹ ਕਰਨ ਦੇ ਕਿਨਾਰੇ ਕਰ ਦਿੱਤਾ ਅਤੇ ਸਾਡਾ ਜਿਹੜਾ ਆਰਥਿਕ ਪੱਖ ਸੀ ਜਿਹੜਾ ਸਾਡਾ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਉਹਦੇ ਨਾਲ ਹੀ ਸਾਰੇ ਅਸੀਂ ਕਾਰੋਬਾਰ ਹੈ ਜਿੰਨੇ ਕਾਰੋਬਾਰ ਅਸੀਂ ਉਹਦੇ ਨਾਲ ਕਰਦੇ ਹਾਂ ਖੇਤੀ ਦੇ ਨਾਲ ਹੀ ਸਾਡਾ ਜਿਹੜਾ ਉਹ ਨਿਰਵਾਹ ਹੁੰਦਾ ਅਤੇ ਖੇਤੀ ਜਿਹੜਾ ਪ੍ਰਧਾਨ ਸੂਬਾ ਅਸੀਂ ਪੰਜਾਬ ਨੂੰ ਅਸੀਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਵੀ ਕੀਤੀਆਂ ਅਤੇ ਅਸੀਂ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਵੀ ਕਿਸਾਨਾਂ ਨੇ ਲਿਆਂਦੀ ਹੈ ਅੱਜ ਕਿਸਾਨ ਆ ਜਿਹੜਾ ਉਹ ਦਿੱਲੀ ਦੇ ਵਿੱਚ ਬੈਠ ਕੇ ਆਪਣਾ ਰੋਸ ਜ਼ਾਹਰ ਕਰ ਰਿਹਾ ਇਹ ਜਥੇਬੰਦੀਆਂ ਵੱਲੋਂ ਐਲਾਨ ਸੀ ਵੀ ਜਿਹੜੀਆਂ ਅਡਾਨੀ ਅਬਾਨੀ ਦੇ ਕਾਰੋਬਾਰ ਚੱਲਦੇ ਆ ਜਾਂ ਬਾਬਾ ਰਾਮਦੇਵ ਜਿਹੜਾ ਉਹ ਆਪਣੇ ਜਿਹੜੇ ਚਲਾਉਂਦਾ ਦੁਕਾਨਦਾਰਾਂ ਉਹਨਾਂ ਦਾ ਤੁਸੀਂ ਵਿਰੋਧ ਕਰਨਾ ਅਤੇ ਰੋਸ ਕਰਨਾ ਜਥੇਬੰਦੀਆਂ ਵੱਲੋਂ ਜਿਹੜਾ ਐਲਾਨ ਸੀ ਦਿੱਲੀ ਦੇ ਵਿੱਚ ਬੈਠੇ ਆ ਉਹ ਅਸੀਂ ਨਿਭਾਉਂਦੇ ਹੋਏ ਪਹਿਲਾਂ ਵੀ ਅਸੀਂ ਨਿਭਾਏ ਆ ਪ੍ਰੋਗਰਾਮ ਉਹ ਅਸੀਂ ਉਹਨਾਂ ਨੇ ਜਿਵੇਂ ਰੋਸ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਉਹ 'ਤੇ ਪਹਿਰਾ ਦੇ ਕੇ ਕਿਸਾਨਾਂ ਦੀ ਮਜ਼ਦੂਰਾਂ ਦੀ ਟਰਾਂਸਪੋਰਟਾਂ ਦੀ ਅਸੀਂ ਜਿਹੜੀ ਗੱਲ ਹੈ ਉਹ ਲਗਾਤਾਰ ਸੈਂਟਰ ਦੇ ਮੋਦੀ ਦੇ ਬੋਲੇ ਕੰਨਾਂ ਤੱਕ ਉਹਨੂੰ ਮਜਬੂਰ ਕਰਾਂਗੇ ਪਹਿਲਾਂ ਵੀ ਉਹਨੇ ਬੜੇ ਜਿਹੜੇ ਕਾਨੂੰਨ ਉਹ ਜੰਮੂ ਦੇ ਵਿੱਚ ਲਾਗੂ ਕੀਤੇ ਸੀ
ਤੇ ਉਸ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਬਣਾਤਾ ਤੇ ਇਹ ਜਿਹੜੇ ਕਾਨੂੰਨ ਖੇਤੀ ਮਾਰੂ ਹੈ ਇਹ ਉਹਨੂੰ ਵਾਪਸ ਲੈਣੇ ਪੈਣਗੇ। ਸਾਡੇ ਜਿਹੜੇ ਮਜ਼ਦੂਰ ਭਰਾ ਕਿਸਾਨ ਆ ਜਿਹੜੇ ਉਹ ਸੜਕਾਂ ਦੇ ਉੱਤੇ ਬੈਠੇ ਆ ਉਹ ਰੁਲ ਰਹੇ ਆ, ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਤੇ ਨਾ ਸੁਪਰੀਮ ਕੋਰਟ ਸੁਣ ਰਹੀ ਹੈ ਨਾ ਹਾਈ ਕੋਰਟ ਸੁਣ ਰਿਹਾ ਤੇ ਸਾਰੇ ਬੋਲੇ ਕੰਨ ਕਰਕੇ ਬੈਠੇ ਆ। ਤੇ ਪਰ ਅਸੀਂ ਅਡਾਨੀ ਬਾਨੀ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਵੀ ਅਸੀਂ ਨਾਮੋ ਨਿਸ਼ਾਨ ਨਹੀਂ ਰਹਿਣ ਦੇਵਾਂਗੇ ਤੇ ਜੇ ਤੂੰ ਇਹ ਕਾਨੂੰਨ ਆ ਜਿਹੜੇ ਰੱਦ ਨਾ ਕੀਤੇ, ਇਹ ਕੌਮ ਇਹ ਸੂਰਬੀਰਾਂ ਦੀ ਕੌਮ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬ ਰੱਖਿਆ ਸੀ, ਇਹ ਲੜਨ ਵਾਲੀ ਕੌਮ ਹੈ, ਮਰਨ ਵਾਲੀ ਕੌਮ ਹੈ, ਇਹ ਪਛਾਣ ਹੀ ਹਟੂਗੀ। ਸਤਿ ਸ੍ਰੀ ਅਕਾਲ। ਮੋਦੀ ਸਰਕਾਰ ਮਰਦਾਬਾਦ, 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 ਆਬਾਦੀ ਮਰਦਾਬਾਦ, ਮਰਦਾਬਾਦ, ਮਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।